ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਫ਼ਰਨਾਮੇ ਦੀ ਜੋ ਕਥਾ ਵਿਚਾਰ ਹੈ ਸਰਵਣ ਕਰੀਏ ਜੀ। ਤੁਰਾ ਗਰਭ ਬਾਯਦ ਬਕੌਲੇ ਕੁਰਾ ਬਨ ਜ਼ਿੱਦ ਸ਼ੁਮਾਰਾ ਰਸਾਨਮ ਹੁਮਾ ਕੇ ਤਸ਼ਰੀਫ ਦਰ ਕਸ ਭੈ ਕਾਂਗੜ ਕੁਨਦ ਵਜ਼ਾ ਪਸ ਮੁਲਾਕਾਤ ਬਾਹਮ ਸ਼ਵਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਇਹ ਫਤਿਹ ਦੀ ਚਿੱਠੀ ਲਿਖਦਿਆਂ ਇਸ ਬੈਂਤ ਰਾਹੀਂ ਇਹ ਉਪਦੇਸ਼ ਕਰਦੇ ਨੇ ਔਰੰਗਜ਼ੇਬ। ਦੇਖ ਤੂੰ ਹਿੰਦ ਦਾ ਬਾਦਸ਼ਾਹ ਹੈ ਔਰ ਇਹ ਜਿਹੜੇ ਤਖ਼ਤ ਨੇ ਬੋਲ ਪਗਾਉਣ ਵਾਲਿਆਂ ਨੂੰ ਸ਼ੋਭਾ ਦਿੰਦੇ ਨੇ। ਤੂੰ ਕਸਮਾਂ ਚੁੱਕੀਆਂ ਸਨ ਕਾਂਗੜ ਆਉਣ ਦੀਆਂ, ਹੁਣ ਮੇਰੇ ਕੋਲ ਤੂੰ ਆਉਣਾ ਹੈ ਔਰ ਜੇ ਕਸਮਾਂ ਦੇ ਸਮੇਤ ਆਉਣਾ ਚਾਹੁੰਦਾ ਤੇ ਤੇਰੇ ਪਾਸ ਮੈਂ ਭਾਈ ਦਇਆ ਸਿੰਘ ਨੂੰ ਉਹ ਕਸਮਾਂ ਦੇ ਕੇ ਭੇਜ ਦਿੰਦਾ। ਤੁਰਾ ਗਰਭ ਬਾਯਦ, ਤੁਰਾ ਦਾ ਅਰਥ ਹੈ ਤੂੰ, ਗਰ ਅਗਰ ਚਾਹਵੇਂ, ਤੂੰ ਅਗਰ ਇਹ ਚਾਹੁੰਦਾ ਹੈ, ਬੁਬਾਇਦ ਤੇਰੇ ਵਿੱਚ ਇੱਛਾ ਹੈ ਚਾਹਨਾ ਹੈ ਵੀ ਜੇ ਸਾਹਮਣਾ ਕਰਾਂ ਕਲਗੀ ਧਰਦਾ ਤੇ ਉਹ ਕਸਮਾਂ ਹੱਥ ਵਿੱਚ ਚਾਹੀਦੀਆਂ ਨੇ। ਉਹ ਚੇਤਾ ਵੀ ਭੁੱਲ ਗਿਆ ਨਾ ਵੀ ਕਿੰਨੀਆਂ ਕੁ ਖਾਧੀਆਂ ਨੇ, ਸਾਰੀਆਂ ਤੋਂ ਤੇ ਮੁੱਕਰ ਗਿਆ, ਫਰੇਬੀ ਬੰਦਾ ਸੀ, ਹੁਣ ਤੇ ਚੇਤਾ ਵੀ ਨਹੀਂ ਰਿਹਾ ਕਸਮਾਂ ਕਿੰਨੀਆਂ ਕੁ ਖਾਧੀਆਂ ਸਨ, ਉਗਾਈ ਇੱਕ ਵੀ ਨਹੀਂ ਗਈ। ਤੂੰ ਅਗਰ ਚਾਹਵੇਂ ਬਾ ਕੌਲੇ ਕੁਰਾਂ, ਤੇਰੇ ਕੌਲ ਜੋ ਕੁਰਾਨ ਦੇ ਕੀਤੇ ਹੋਏ ਸਨ, ਜੋ ਕਸਮਾਂ ਤੂੰ ਕੁਰਾਨ ਦੀਆਂ ਖਾਧੀਆਂ ਸਨ, ਬ ਨਿਜ਼ਦੇ ਸ਼ੁਮਾਰਾ ਰਸਾਨਮ ਹੁਮਾ, ਕਹਿੰਦੇ ਬਨਿਜ਼ਦੇ ਸ਼ੁਮਾਰਾ, ਬਨਿਜ਼ਦੇ ਨੇੜੇ, ਸ਼ੁਮਾਰਾ ਤੇਰੇ ਤਾਈਂ, ਤੇਰੇ ਤਾਈਂ ਉਹ ਜਿਹੜੀਆਂ ਕਸਮਾਂ ਨੇ ਰਸਾਨਮ ਹੁਮਾ ਪਹੁੰਚਾ ਦਿੰਦੇ ਆ, ਤੇਰੇ ਕੀਤੇ ਹੋਏ ਕੌਲ ਤੇਰੇ ਤੱਕ ਪਹੁੰਚਾ ਦਿੰਦੇ ਆ, ਤੇ ਉਹ ਤੂੰ ਕੌਲ ਲੈ ਕੇ ਫਿਰ ਕੀ ਕਰ ਕਿ ਤਸ਼ਰੀਫ ਦਰ ਕਸ ਬਹਿ ਕਾਂਗੜ ਕੁਨਦ ਵਜ਼ਾਪਸ ਮੁਲਾਕਾਤ ਬਾਹਮ ਸ਼ਵਦ। ਸਾਹਿਬ ਆਖਣ ਲੱਗੇ ਤਸ਼ਰੀਫ ਦਰ ਕਸਬਹ ਹੈ, ਕਸਬਹ ਦਾ ਮਤਲਬ ਹੈ ਕਸਬਾ, ਤੂੰ ਆਪਣੀ ਤਸ਼ਰੀਫ ਨੂੰ ਇਸ ਕਸਬੇ ਦੇ ਅੰਦਰ ਜਿਹਦਾ ਨਾਂ ਕਾਂਗੜ ਹੈ ਉੱਥੇ ਲੈ ਕੇ ਆਉਣਾ ਕਰ। ਵਜ਼ਾਪਸ ਮੁਲਾਕਾਤ ਬਾਹਮ ਸ਼ਵਦ, ਵਜ੍ਹਾ ਇਹ ਹੈ ਤੇਰੇ ਆਉਣ ਦੀ ਵੀ ਤੂੰ ਕਸਮਾਂ ਖਾਧੀਆਂ ਸੀ ਮੇਲ ਦੀਆਂ, ਹੁਣ ਕਾਂਗੜ ਪਹੁੰਚ, ਤੇ ਕਾਂਗੜ ਪਹੁੰਚ ਕਰਕੇ ਸਾਡੇ ਨਾਲ ਤੂੰ ਮੁਲਾਕਾਤ ਕਰ, ਬਾਹਮ ਆਪਸ ਵਿੱਚ,
ਸਾਡੇ ਬਚਨ ਬਲਾਸ ਹੋ ਜਾਣ। ਉਹ ਜਿਹੜੇ ਕੌਲ ਕਰਾਰ ਨੇ ਉਹਨਾਂ ਨੂੰ ਇੱਕ ਵਾਰ ਦੁਹਰਾਇਆ ਜਾਵੇ, ਜਿਹੜੇ ਦਿਲ ਦੇ ਵਿੱਚ ਬਚਨ ਨੇ ਉਹ ਆਹਮੋ ਸਾਹਮਣੀ ਹੋ ਜਾਣ। ਅੱਗੇ ਫੁਰਮਾਨ ਕਰਨ ਲੱਗੇ, ਜੇ ਤੂੰ ਆਖੇ ਵੀ ਮੈਨੂੰ ਡਰ ਲੱਗਦਾ ਹੈ, ਵੇਖੋ ਇਹ ਜਿਹੜਾ ਮਾਲਵੇ ਦਾ ਇਲਾਕਾ ਸੀ ਨਾ, ਜ਼ਿਕਰ ਕਰ ਰਹੇ ਨੇ ਬਰਾੜ ਕੌਮ, ਬਰਾੜ ਲੋਕ ਜ਼ਿਆਦਾ ਰਹਿੰਦੇ ਨੇ। ਇਹ ਔਰੰਗਜ਼ੇਬ ਤੋਂ ਗੁਲਾਮ ਨਹੀਂ ਹੋ ਸਕੇ, ਇਹ ਸਾਰਾ ਮਾਲਵਾ ਦੇਸ਼ ਇਹ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਦਾ ਸੀ, ਪੱਕੇ ਸਿੱਖ ਸਨ, ਇਹਨਾਂ ਕਦੇ ਵੀ ਔਰੰਗੇ ਦੇ ਹੁਕਮ ਵਿੱਚ ਨਹੀਂ ਸੀ ਚੱਲਣਾ ਕੀਤਾ, ਕਿਉਂਕਿ ਜੰਗਲ ਦਾ ਏਰੀਆ ਸੀ। ਜੇ ਤੂੰ ਆਖੇ ਵੀ ਇਸ ਇਲਾਕੇ ਵਿੱਚ ਮੈਂ ਆ ਨਹੀਂ ਸਕਦਾ, ਮੈਨੂੰ ਡਰ ਹੈ ਵੀ ਮੇਰੇ 'ਤੇ ਕਿਤੇ ਤੁਹਾਡੇ ਸਿੱਖ ਹਮਲਾ ਨਾ ਕਰ ਦੇਣ, ਰੋਸ ਤਾਂ ਹੋਵੇਗਾ ਹੀ, ਚਾਰ ਬੱਚਿਆਂ ਦਾ ਕਾਤਲ ਹੈ, ਮਾਤਾ ਗੁਜਰੀ ਨੂੰ ਸ਼ਹੀਦ ਕਰਨ ਵਾਲਾ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਹੈ। ਕਹਿੰਦੇ ਜੇ ਤੈਨੂੰ ਡਰ ਲੱਗਦਾ ਤੇ ਧਿਆਨ ਨਾਲ ਸੁਣ, ਨਾ ਜ਼ਰਾ ਦਰੀ ਰਾਹੇ ਖਤਰੈ ਤੂ ਰਾਸਤ, ਹਮਾ ਕੌਮ ਬੈਰਾੜ ਹੁਕਮੇ ਮਰਾਸਤ, ਨਾ ਜ਼ਰਾ ਦਰੀ, ਜ਼ਰਾ ਕਤਰਾ ਰੰਚਕ ਮਾਤਰ, ਤੂੰ ਥੋੜ੍ਹਾ ਜਿਹਾ ਵੀ ਦਰੀ ਦਿਲ ਦੇ ਅੰਦਰ ਖਤਰਾ ਨਾ ਮਹਿਸੂਸ ਕਰੀ। ਔਰੰਗਜ਼ੇਬ ਇਹ ਧਿਆਨ ਨਾਲ ਸੁਣ, ਤੂੰ ਰਾਸਤ ਤੈਨੂੰ ਜਿਹੜਾ ਡਰ ਲੱਗਦਾ ਇਹ ਮਹਿਸੂਸ ਨਾ ਕਰ, ਕਿਉਂਕਿ ਜਿਹੜੀ ਕੌਮ ਹੈ ਨਾ ਇਹ ਹਮਾ ਕੌਮ ਬੈਰਾੜ, ਬਰਾੜਾਂ ਦੀ ਜਿਹੜੀ ਕੌਮ ਹੈ ਨਾ, ਇਹ ਮਾਲਵੇ ਦੇਸ਼ ਵਿੱਚ ਜਿਹੜੇ ਸਿੱਖ ਨੇ ਨਾ, ਹੁਕਮੇ ਮਰਾਸਤ, ਮਰਾਸਤ ਦਾ ਅਰਥ ਹੈ ਮੇਰੇ ਹੁਕਮ ਤੋਂ ਤਿਲ ਮਾਤਰ ਵੀ ਬਾਹਰ ਨਹੀਂ ਚੱਲਦੇ, ਇਹ ਤੇਰੀ ਫੌਜ ਨਹੀਂ, ਤੂੰ ਕਹਿੰਦਾ ਮੈਂ ਕਸਮਾਂ ਖਾਧੀਆਂ ਨੇ, ਮੈਂ ਪੁਗਾਈਆਂ ਵੀ ਨੇ, ਮੇਰੇ ਵਜ਼ੀਰ ਧੋਖਾ ਕਰ ਗਏ, ਮੇਰੇ ਫੌਜਦਾਰ ਧੋਖਾ ਕਰ ਗਏ, ਮੈਂ ਤੁਹਾਡੇ ਨਾਲ ਧੋਖਾ ਨਹੀਂ ਕੀਤਾ, ਪਰ ਤੈਨੂੰ ਮੈਂ ਇੱਕ ਗੱਲ ਦੱਸਾਂ, ਮੇਰੇ ਸਿੱਖ ਮੇਰੇ ਹੁਕਮ ਤੋਂ ਇੱਕ ਕਦਮ ਵੀ ਬਾਹਰ ਨਹੀਂ ਤੁਰਦੇ, ਤੇਰੇ ਸਿਪਾਹੀ ਨਹੀਂ ਇਹ ਵੀ ਹਮਲਾ ਕਰ ਦੇਣਗੇ ਕਸਮਾਂ ਚੁੱਕਣ ਦੇ ਬਾਵਜੂਦ, ਜੇ ਮੈਂ ਬਚਨ ਕਰ ਲਿਆ ਤੇ ਮੇਰੇ ਬਚਨ ਦੀ ਉਲੰਘਣਾ ਇਹ ਮੇਰੇ ਸਿੱਖ ਕਦੇ ਨਹੀਂ ਕਰਦੇ। ਸਾਹਿਬ ਆਖਣ ਲੱਗੇ, ਤੂੰ ਡਰਨਾ, ਇੱਥੇ ਆਉਣਾ ਕਰ, ਆਪਣੇ ਬਚਨ ਪਗਾਉਣਾ ਕਰ, ਇਹ ਜਿਹੜੀ ਕੌਮ ਹੈ ਮੇਰੇ ਹੁਕਮ ਤੋਂ ਬਾਹਰ ਨਹੀਂ ਜਾਵੇਗੀ, ਮੈਂ ਵਾਅਦਾ ਕਰਦਾ ਤੇਰੇ 'ਤੇ ਕੋਈ ਹਮਲਾ ਨਹੀਂ ਕਰੇਗਾ। ਅੱਗੇ ਫੁਰਮਾਉਂਦੇ ਨੇ, ਬਿਆ ਤਾਂ ਬਾ ਮਨ ਖੁਦ ਜ਼ੁਬਾਨੀ ਕੂਨੇ ਬਰੋਏ ਸ਼ੁਮਾ ਮਿਹਰਬਾਨੀ ਕੂਨੇ, ਬਿਆ ਤਾਂ ਬਾ ਮਨ, ਆ ਤਾਂ ਸਹੀ, ਪਹੁੰਚ ਤਾਂ ਸਹੀ, ਖੁਦ ਜ਼ੁਬਾਨੀ ਕੁਨੇਮ, ਜ਼ੁਬਾਨੀ ਕਲਾਮੀ ਫਿਰ ਉਹ ਆਪਾਂ ਬਚਨ ਕਰਾਂਗੇ। ਕਹਿੰਦੇ ਜੇ ਤੂੰ ਆਖੇ ਮੈਂ ਆ ਗਿਆ ਤੇ ਤੁਸੀਂ ਬਖਸ਼ਣਾ ਨਹੀਂ, ਤੁਸੀਂ ਕੋਈ ਸਜ਼ਾ ਨਾ ਦੇ ਦਿਓ, ਤੇ ਕਹਿੰਦੇ ਔਰੰਗਜ਼ੇਬ ਤੂੰ ਗੁਰੂ ਨਾਨਕ ਦੇ ਘਰ ਤੋਂ ਵਾਕਫ ਨਹੀਂ ਲੱਗਦਾ, ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਸਿਰ ਝੁਕਾ ਕੇ ਆਉਂਦਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮਿਹਰਬਾਨੀ ਕੁਨੇਮ, ਉਹਦੇ 'ਤੇ ਮਿਹਰਬਾਨੀ ਗੁਰੂ ਨਾਨਕ ਦਾ ਘਰ ਕਰ ਦਿੰਦਾ ਹੈ।
जो सरने आवै तिस कंठ लावै एहो बिरद स्वामी संदा। साडे गुरु का एक सुभा है, जेड़ा भी शरण आ जावे, बैंत ज्यादे ने अखरी अर्थ करते ने, इस करके मैं बहुता इस प्रकरण नूं वधा नहीं रहा। तुहानूं पता ही है भी औरंगा बच्चियां दा कातल सी ते उहदा बच्चा बहादुर शाह शरण आया सी दसम पातशाह दी तख्त दवाओ ते 22 लख फौज दा वाली सी तारा आजम इक्के तीर दे नाल उहदा वध करके बहादुर शाह नूं तख्त दवाया सी। बच्चियां दे कातल दे बच्चे नूं तख्त ते बहा दिंदा है। गल है शरण आउण दी, सिर झुकाउण दी, नीवे होण दी। जिहड़ा झुक गया उहदियां झोलियां भर गईयां, जिहड़ा अड़ गया अज वी औरंगे दा परिवार चाह वेचदा जे रेहड़ी ला के। कारण की सी? हुक्म ते जारी कर दिता सब इलाकियां विच भी मैं कांगड़ नूं तुरना है, पर किस्मत उहदी माड़ी है, जफरनामे ने तख्त तों उठण नहीं सी दिता। ते जे किते मथे लग जांदा नूरानी चेहरे दे दर्शन कर लैंदा ते सिखा अज चाह नहीं सी वेचनी पैनी। जो सरने आवै तिस कंठ लावै, कहिंदे तू आ रंचक मात्र डर ना रख, बरोए शुमा तेरे मुंह उपर, बरोए मुंह उपर। कहिंदे ने मेहरबानी कुनेम, मैं भी जा मेहरबानी कर देंगा, तू सचा है झूठा है, तू गलतियां दा एहसास कर लवे, मैं झूठियां कसमां खादियां ने, ते कहिंदे तेरी भुल भी बख्श देंगा, चार वार के भी बिरद बख्शेंद रखिया उन्हें। ये सुभा उहदा, क्योंकि गुरु नानक दा घर किसे नाल वैर नहीं रखता। शरण आए नूं बख्श दिंदा है। गुरु साहब अगे फरमाउंदे ने, कहिंदे इदा ना आई, यकै असप शाहिस्ते यक हजार, ब्याता बगीरी बा मन ईंदियार। हुण ये जग जाहर हो चुकी सी गल भी भावें साहबजादे शहीद हो गए ने, मालवा देश सारा गुरु के दर्शना लई उंबड़ आया सी, फिर हजारां दी गिणती विच सूरमे कठे होण लग पए सन। हुण शस्त्रां बस्त्रां घोड़ियां दी लोड़ सी, ते कलगी धर कहिंदे शायद तैनूं गुरु नानक दे घर दा ख्याल नहीं, खाली हथ नहीं आईदा। मैं फिर कह दिया, भावें तू करोड़ पति है ते भावें अठी पैरी भी रोटी नहीं तेनू मिलती, लख वाला लख दवे गुरु रीझदा है, ते जेड़ा अठ वक्त प्रशादा भी नहीं छक सकता वह किते खोटा दमड़ा भी यदि गोलक विच पा दवे ते एक बराबर है। कुछ ना कुछ लैके आया कर, भावें सिक्का एक ही होवे, खाली हथ नहीं जाईदा सतपुरशां कोल। गुरु दे दर ते राजियां नूं लैके गिफ्ट लैके जांदे जे ना, भेटा लैके जांदे जे ना, नवें साल वाले दिन लीडर दे घर दे घेरे घेरे घूमदे जे ना, इदां ही ये दुनिया दा पातशाह है। होर सिक्कियां दा भुखा ते है नहीं, केवल एक मर्यादा है, तकड़े कोल जाइए ते कुछ लैके जाईदा है। औरंगजेब 1000 अरबी घोड़ा जा लैके आते, सारी उम्र ब्याता बगीरी बगीरी लै लै, घोड़ा लैके आ, ए बैराड़ा दी कौम, ए मालवा देश कदे तेरे हुक्म विच नहीं चलिया, तेरा दुश्मन रहा है। बा मन ई देयार, ए वलैत देश तेरे नाल सज्जनता ही कर लवेगा, मैं तेरे नेड़े ला देंगा इन्हां नूं। आखण लगे 1000 घोड़ा चंगा वधिया,
ਇੱਕ ਹਜ਼ਾਰ, ਇੱਕ ਹਜ਼ਾਰ, ਕਈ ਕਹਿ ਦਿੰਦੇ ਜੀ ਇੱਕ ਘੋੜਾ ਨਹੀਂ, ਯਕੈ ਅਸਪ, ਯਕੈ ਅਸਪ ਘੋੜੇ, ਇੱਕ ਹਜ਼ਾਰ ਘੋੜੇ ਲੈ ਕੇ ਆ। ਹੁਣ ਇਹਨਾਂ ਆਖਿਓ ਵੀ ਗੁਰੂ ਦਸ ਘੋੜਿਆਂ ਦਾ ਭੁੱਖਾ, ਉਹ ਜਿਹੜਾ ਸਰਸਾ ਨਦੀ ਵਿੱਚ, ਜਿਹੜਾ ਸਤਲੁਜ ਵਿੱਚ ਸੋਨੇ ਦੇ ਕੰਗਣ ਸੁੱਟ ਦਿੰਦਾ ਹੈ, ਜਿਹੜਾ ਆਨੰਦਾਂ ਦੀ ਪੁਰੀ ਨੂੰ ਜਾਣ ਲੱਗਾ ਹੀਰੇ ਜਵਾਹਰਾਤਾਂ ਦੇ ਗੱਡੇ ਰੋੜ ਸਕਦਾ ਹੈ, ਵੀ ਇਹ ਜ਼ਹਿਰ ਹੈ, ਮੈਂ ਇਹ ਜ਼ਹਿਰ ਬੱਚਿਆਂ ਨੂੰ ਨਹੀਂ ਦੇਣਾ। ਸਿੱਖਾਂ ਨੇ ਸਿਫਾਰਿਸ਼ ਕੀਤੀ, ਮਾਂ ਗੁਜਰੀ, ਸਾਰਾ ਸੋਨਾ ਸੁੱਟੀ ਜਾਂਦਾ ਹੀ, ਮੋਤੀ ਸੁੱਟੀ ਜਾਂਦਾ ਹੀ, ਕੁਝ ਸਾਨੂੰ ਹੀ ਦਵਾ ਦੇ। ਤੇ ਮਾਂ ਕਹਿੰਦੀ ਲਾਲ ਜੀ ਰੋੜਨ ਨਾਲੋਂ ਇਹਨਾਂ ਨੂੰ ਦੇ ਦਿਓ। ਤੇ ਮਾਂ ਨੂੰ ਇੱਕੋ ਹੀ ਗੱਲ ਕੀਤੀ ਸੀ, ਮਾਂ ਮੈਨੂੰ ਜ਼ਹਿਰ ਦੇ ਸਕਦੀ ਹੈ? ਤੇ ਕਹਿੰਦੀ ਗੋਬਿੰਦ ਜੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਜੇ, ਤੇ ਜੇ ਮੈਨੂੰ ਤੂੰ ਜ਼ਹਿਰ ਨਹੀਂ ਦੇ ਸਕਦੀ, ਮੈਂ ਤੇਰਾ ਲਾਡਲਾ ਬੱਚਾ ਤੇ ਮੇਰੇ ਇਹ ਸਿੱਖ ਮੇਰੇ ਬੱਚੇ ਨੇ, ਮੈਂ ਇਹਨਾਂ ਨੂੰ ਜ਼ਹਿਰ ਕਿੱਦਾਂ ਦੇ ਦਿਆਂ? ਗੋਲਕ ਦਾ ਧਨ ਜ਼ਹਿਰ ਰੱਖਿਆ ਮਹਾਰਾਜ ਨੇ, ਪਹੁੰਚਾਉਣਾ ਔਖਾ, ਰੁਪਈਏ ਦਸ ਸੁੱਟਦੀ ਹੈ ਬੀਬੀ ਤੇ ਵੀ ਉਹਦੀਆਂ ਸੁੱਖਣਾ ਨੇ, ਕਿੱਦਾਂ ਪਹੁੰਚਾਵੇਂਗਾ? ਇਹ ਗੁਰੂ ਹੀ ਪੂਰੀਆਂ ਕਰ ਸਕਦਾ। ਸਾਹਿਬ ਕਹਿੰਦੇ ਮੈਂ ਜ਼ਹਿਰ ਨਹੀਂ ਦੇਣਾ, ਜਿਹੜਾ ਸੋਨੇ ਦੇ ਭਰ ਭਰ ਕੇ ਗੱਡੇ ਨਦੀਆਂ ਚ ਰੋੜਦਾ ਹੈ ਉਹਨੂੰ ਘੋੜਿਆਂ ਦੀ ਭੁੱਖ ਨਹੀਂ, ਪਰ ਦਰ ਰੁਚਿਆ ਖਾਲੀ ਹੱਥ ਨਾ ਆਈ, ਤੂੰ ਲੋਕਾਂ ਤੋਂ ਲੈਣ ਗਿੱਜਾਂ, ਇੱਥੇ ਤੈਨੂੰ ਦੇਣਾ ਪਵੇਗਾ। ਇੱਥੇ ਅਕਬਰ ਆਇਆ ਤੇ ਕਈਆਂ ਪਿੰਡਾਂ ਦੀ ਜਗੀਰ ਦੇ ਜਾਂਦਾ ਹੈ। ਸਾਹਿਬ ਆਖਣ ਲੱਗੇ ਸ਼ਹਿਨ ਸ਼ਾਏ ਰਾ ਬੰਦੇ ਚਾਕਰੇ, ਅਗਰ ਹੁਕਮ ਆਇਤ ਬਜ਼ਾ ਹਾਜ਼ਰੇਮ, ਜੇ ਤੂੰ ਆਖੇ ਵੀ ਤੁਸੀਂ ਆ ਜਾਓ ਮੇਰੇ ਕੋਲ ਦਿੱਲੀ ਆ ਜਾਓ, ਮੈਂ ਦੱਖਣ ਤੋਂ ਆ ਜਾਂਦਾ ਹੈ। ਕਹਿੰਦੇ ਨਾ ਤੇ ਗੁਰੂ ਨਾਨਕ ਨੂੰ ਘਰ ਦੀ ਉਦੋਂ ਹੀ, ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਘਰ ਨੂੰ ਨਾ ਤੇ ਤੇਰੀ ਉਦੋਂ ਹੀ ਲੋੜ ਸੀ ਜਦੋਂ ਤੇਰਾ ਵੱਡਾ ਬਾਬਰ ਚੜ੍ਹ ਕੇ ਆਇਆ ਸੀ, ਉਦੋਂ ਵੀ ਬਾਬਰ ਨੂੰ ਹੀ ਚੁੱਕਣਾ ਪਿਆ ਹੈ, ਤੇ ਨਾ ਅੱਜ ਹੀ ਸਾਨੂੰ ਲੋੜ ਹੈ। ਤੂੰ ਕਸਮ ਚੁੱਕੀ ਸੀ ਤੈਨੂੰ ਯਾਦ ਦਵਾ ਰਹੇ ਹਾਂ, ਨਹੀਂ ਤੇ ਪ੍ਰਲੋਕ ਵਿੱਚ ਵੀ ਮਾਰ ਖਾਵੇਂਗਾ, ਇੱਥੇ ਤੇ ਤੈਨੂੰ ਅੱਗੇ ਨੀਂਦ ਨਹੀਂ ਆਉਂਦੀ, ਤੇ ਤੈਨੂੰ ਬਖਸ਼ ਦਈਏ। ਇੱਕ ਗੱਲ ਧਿਆਨ ਨਾਲ ਸੁਣ, ਤੇਰੇ ਵਰਗੇ ਭਾਵੇਂ ਲੱਖਾਂ ਸ਼ਹਿਨ ਸ਼ਾਹ ਹੋਣ, ਮੈਂ ਗੁਲਾਮ ਨਹੀਂ। ਮੈਂ ਗੁਲਾਮ ਕਿਸ ਦਾ ਹਾਂ? ਸ਼ਹਿਨ ਸ਼ਾਹ ਏ ਰਾ ਬੰਦੇ ਚਾਕਰੇਮ, ਮੈਂ ਉਹਦਾ ਗੁਲਾਮ ਹਾਂ, ਸੱਜਣ ਸੱਚਾ ਪਾਤ ਸ਼ਾਹ ਸ਼ੇਰ ਸ਼ਾਹਾਂ, ਪਾਤਸ਼ਾਹਾਂ ਦਾ ਪਾਤਸ਼ਾਹ, ਕਾਲ ਦਾ ਜੋ ਕਾਲ ਹੈ, ਜੋ ਮਹਾਕਾਲ ਹੈ, ਜੋ ਖੁਦ ਖੁਦਾ ਪਰਮਾਤਮਾ ਹੈ, ਇੱਕੇ ਦੇ ਅੱਗੇ ਮੈਂ ਝੁਕਿਆ ਹੈ, ਇੱਕੇ ਨੂੰ ਇਹ ਗੱਲ ਆਖੀ ਸੀ ਵੀ ਤੇਰਾ ਹੀ ਹੁਕਮ ਮੰਨਾਂਗਾ ਦੁਨੀਆਂ ਤੇ, ਹੋਰ ਕਿਸੇ ਦਾ ਨਹੀਂ। ਇੱਥੇ ਸ਼ਿਵਜੀ ਨੂੰ ਨਾ ਮਹਾਕਾਲ ਸਮਝ ਲਿਓ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸ਼ਿਵਜੀ ਮਹਾਦੇਵ ਹੈ, ਮਹਾਨ ਹੈ, ਦੇਵਤਿਆਂ ਚੋਂ ਸਤਿਕਾਰ ਕਰੋ। ਮਹਾਕਾਲ ਉਹ ਹੈ ਜਿਹੜਾ ਮਰਦਾ ਹੀ ਨਹੀਂ, ਤੇ ਸ਼ਿਵਜੀ ਤੇ ਕਈ ਵਾਰ ਮਰਿਆ ਤੇ ਕਈ ਵਾਰ ਆਇਆ, ਜਿਹੜੀ ਮੂਰਤੀ ਮਿਟ ਗਈ ਉਹ ਮਹਾਕਾਲ ਨਹੀਂ ਹੋ ਸਕਦੀ। ਉਹ ਜਿਹੜਾ ਮਹਾਕਾਲ ਹੈ ਮੈਂ ਉਹਦੇ ਦਰ ਦਾ ਗੁਲਾਮ ਹਾਂ, ਤੇ ਔਰੰਗਜ਼ੇਬ ਕੇਵਲ ਉਹਦਾ ਹੁਕਮ ਹੀ ਨਹੀਂ ਮੰਨਦਾ, ਮੇਰੇ ਮਨ ਵਿੱਚ ਇੱਕ ਖੁਆਇਸ਼ ਰਹਿੰਦੀ ਹੈ, ਉਹ ਕੀ ਹੈ? ਬੰਦੇ ਚਾਕਰੇਮ, ਉਹਦੇ ਬੰਦਿਆਂ ਦਾ, ਉਹਦੇ ਸੰਤਾਂ ਦਾ ਵੀ ਗੁਲਾਮ ਬਣਨ ਲਈ ਤਿਆਰ ਹਾਂ। ਚਾਕਰੇਮ, ਚਾਕਰੀ ਕਰ ਸਕਦਾ ਉਹਦੇ ਦਰ ਦੇ ਸੰਤਾਂ ਸਤ ਪੁਰਸ਼ਾਂ ਦੀ, ਇਹ ਵਡਿਆਈ ਹੈ ਸਾਧੂਆਂ ਨੂੰ ਦੇ ਰਿਹਾ ਉਹ, ਨਹੀਂ ਤੇ ਰੱਬ ਨੂੰ ਕਿਸੇ ਦੀ ਚਾਕਰੀ ਦੀ ਕੀ ਲੋੜ ਹੈ? ਗੁਰੂ ਨਾਨਕ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਧਿਆਨ ਨਾਲ ਪੜ੍ਹੋ। ਉਹ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਸੰਤ ਕੌਣ ਨੇ? ਜੋ ਆਪ ਜਪੈ ਅਵਰਹ ਨਾਮ ਜਪਾਵੈ, ਆਪ ਜੁੜੇ ਨੇ ਹੋਰਾਂ ਨੂੰ ਜੋੜਦੇ ਨੇ।
ਉਹਨਾਂ ਦੇ ਚਰਨਾਂ ਦੀ ਧੂੜ ਲੱਭਦਾ ਫਿਰਦਾ ਗੁਰੂ ਸਾਡਾ, ਪਰਮਾਤਮਾ ਧੂੜ ਲੱਭਦਾ ਹੈ, ਨਿਰੰਕਾਰ ਧੂੜ ਲੱਭਦਾ ਹੈ। ਮੈਂ ਤੇ ਉਹਦੇ ਚਾਕਰਾਂ ਦਾ ਵੀ ਚਾਕਰ ਹਾਂ, ਪਰ ਤੇਰੇ ਵਰਗੇ ਬਨੌਟੀ ਬਾਦਸ਼ਾਹਾਂ ਦਾ ਹੁਕਮ ਨਹੀਂ ਮੈਂ ਮੰਨਦਾ, ਮੈਨੂੰ ਲੋੜ ਨਹੀਂ ਤੇਰੇ ਕੋਲ ਆਉਣ ਦੀ। ਅੱਗੇ ਆਖਣ ਲੱਗੇ, ਅਗਰ ਹੁਕਮ ਆਯਤ ਬਜ਼ਾ ਹਾਜ਼ਰੇਮ, ਤੇ ਜੇ ਮੈਨੂੰ ਮੇਰੇ ਅਸਲ ਸ਼ਹਿਨਸ਼ਾਹ ਦਾ ਹੁਕਮ ਆ ਗਿਆ, ਆਯਤ ਆ ਗਿਆ, ਬਜ਼ਾ ਹਾਜ਼ਰੇਮ, ਬਾ ਸਾਥ ਜ਼ਾ ਜਾਨ, ਪੜ੍ਹਨ ਵਿੱਚ ਇਕੱਠਾ ਅਰਥ ਵੱਖੋ ਵੱਖ ਹੁੰਦੇ ਨੇ। ਬਾ ਜਾਨ, ਮੈਂ ਜਾਨ ਲੈ ਕੇ ਵੀ ਤੇਰੇ ਕੋਲ ਪਹੁੰਚ ਜਾਂਦਾ, ਮੈਨੂੰ ਹੁਕਮ ਹੀ ਨਹੀਂ ਆਇਆ ਉਹਦਾ, ਮੇਰੇ ਖਸਮ ਦਾ ਹੁਕਮ ਹੀ ਨਹੀਂ ਮੈਨੂੰ, ਨਹੀਂ ਤੇ ਮੈਂ ਤੇਰੇ ਕੋਲ ਔਰੰਗਜ਼ੇਬ ਹਾਜ਼ਰ ਹੋ ਜਾਂਦਾ, ਪਹੁੰਚ ਜਾਂਦਾ। ਕਈ ਵਾਰ ਕਹਿ ਦਿੰਦੇ ਜੀ ਸਿੱਖਾਂ ਦਾ ਪਤਾ ਨਹੀਂ ਕੀ ਸੁਭਾਅ ਹੈ, ਵੀ ਕੋਈ ਵੀ ਸਰਕਾਰ ਹੋਵੇ ਨਾ ਐਵੇਂ ਸਿਰ ਜਿਹਾ ਚੁੱਕੀ ਫਿਰਦੇ, ਹਰ ਅੱਗੇ ਅੜ ਜਾਂਦੇ ਨੇ। ਇਹ ਤੇ ਸਾਡਾ ਕਸੂਰ ਨਹੀਂ, ਕੋਈ ਵੀ ਤਖਤ ਤੇ ਬੈਠਾ ਹੋਵੇ ਸਿੱਖ ਕਿਸੇ ਅੱਗੇ ਨਹੀਂ ਚੁੱਕਦੇ। ਇਹਨਾਂ ਨੂੰ ਤੇ ਬਣਾਉਣ ਲੱਗਿਆਂ ਇਹ ਗੱਲ ਆਖੀ ਸੀ, ਮੈਂ ਵਾਰ ਵਾਰ ਇਹ ਕਹਿੰਦਾ ਹੁੰਦਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਕਿਸੇ ਤਖਤ ਦੇ ਗੁਲਾਮ ਨਹੀਂ, ਫੌਜ ਨਹੀਂ, ਇਹ ਤੇ ਗੁਲਾਮ ਨੇ ਅਕਾਲ ਦੇ, ਇਸ ਕਰਕੇ ਨਹੀਂ ਚੁੱਕਦੇ, ਇਸ ਕਰਕੇ ਸਿਰ ਚੁੱਕ ਛੱਡਦੇ ਨੇ। ਇੱਕੋ ਹੀ ਤਰੀਕਾ ਹੈ ਝੁਕਾਉਣ ਦਾ, ਇੱਕ ਤੇ ਖੁਦਾ ਝੁਕਾ ਸਕਦਾ ਤੇ ਦੂਜਾ ਜਿਹੜਾ ਇਹਨਾਂ ਨੂੰ ਪ੍ਰੇਮ ਨਾਲ ਵਸ ਵਿੱਚ ਕਰ ਲਏ, ਉਹਦੇ ਲਈ ਫਿਰ ਚਾਂਦਨੀ ਚੌਂਕ ਵਿੱਚ ਸਿਰ ਵੀ ਦੇ ਦਿੰਦੇ ਨੇ। ਇਹੀ ਤਰੀਕਾ, ਪ੍ਰੇਮ ਨਾਲ ਜਿੱਤੇ ਜਾਂਦੇ ਨੇ, ਗੁਲਾਮ ਹੁੰਦੇ ਨੇ, ਤੇ ਦੂਜਾ ਖੁਦਾ ਦੇ ਇਹ ਗੁਲਾਮ ਨੇ, ਦੁਨਿਆਵੀ ਬਾਦਸ਼ਾਹ ਅੱਗੇ ਸਿੱਖ ਨਹੀਂ ਚੁੱਕਦੇ। ਅਗਰ ਚੇ ਬੇਆਇਦ ਬਾ ਫੁਰਮਾਨ ਮਨ, ਹਜ਼ੂਰਤ ਬੇਆਯਮ ਹਮਾ ਜਾਨੋ ਤਨ। ਆਖਣ ਲੱਗੇ ਅਗਰ ਚੇ ਬੇਆਇਦ, ਜੇਕਰ ਮੈਨੂੰ ਫੁਰਮਾਨ ਆ ਜਾਂਦਾ, ਬਾ ਫੁਰਮਾਨ ਮਨ, ਮੈਨੂੰ ਫੁਰਮਾਨ, ਮਨ ਦਾ ਮਤਲਬ ਮੈਨੂੰ ਫੁਰਮਾਨ ਆ ਜਾਂਦਾ, ਪਰਮਾਤਮਾ ਦਾ ਆ ਜਾਂਦਾ, ਮੈਂ ਸਰੀਰ ਕਰਕੇ ਹਜ਼ੂਰਤ ਬੇਆਯਮ, ਆਖਣ ਲੱਗੇ ਮੈਂ ਸਰੀਰ ਕਰਕੇ, ਮੈਂ ਤਨ ਕਰਕੇ, ਮੈਂ ਜਾਨ ਕਰਕੇ, ਮੈਂ ਮਨ ਕਰਕੇ ਤੇਰੇ ਕੋਲ ਪਹੁੰਚ ਜਾਣਾ ਸੀ, ਹੁਕਮ ਜੇ ਆ ਜਾਂਦਾ ਤੇ ਅਸਲ ਪਾਤਸ਼ਾਹ ਦਾ, ਤੇ ਰੰਗਿਆ ਮਰਜ਼ੀ ਨਾਲ ਤੇ ਤੇਰੇ ਕੋਲ ਉਹ ਆਉਂਦਾ ਜਿਹਨੇ ਤੇਰੇ ਅੱਗੇ ਝੋਲੀ ਅੱਡਣੀ ਹੈ, ਰਾਜਿਆਂ ਕੋਲ ਉਹ ਹੀ ਜਾਂਦਾ ਜਿਹਨੇ ਝੋਲੀ ਅੱਡਣੀ ਹੈ, ਤੇ ਮੇਰੀ ਝੋਲੀ ਇੱਕ ਹੈ ਤੇ ਇੱਕੇ ਅੱਗੇ ਹੀ ਮੈਂ ਅੱਡਦਾ, ਉਹ ਹੈ ਸੱਚਾ ਪਾਤਸ਼ਾਹ। ਥਾਂ ਥਾਂ ਝੋਲੀਆਂ ਨਹੀਂ ਅੱਡੀਆਂ ਜਾਂਦੀਆਂ, ਮੈਨੂੰ ਤੇਰੀ ਕੀ ਲੋੜ ਹੈ। ਅੱਗੇ ਫਰਮਾਉਂਦੇ ਨੇ, ਅਗਰ ਤੋਬ ਯਸਦਾ ਪਰਸਤੀ ਕੁਨੀ, ਬਾਕਾਰੇ ਮਰਾ ਈ ਨਾ ਸੁਸਤੀ ਕੁਨੀ। ਬਾ ਯਸਦਾ ਪਰਮੇਸ਼ਰ, ਜੇ ਤੂੰ ਵਾਕਿਆ ਹੀ ਪਰਮੇਸ਼ਰ ਦੀ ਪਹਿਚਾਣ ਪਰਸਤੀ ਪਹਿਚਾਣ ਕਰਨ ਵਾਲਾ ਹੈ, ਪੂਜਣ ਵਾਲਾ ਹੈ, ਤੇ ਤੈਨੂੰ ਇਹ ਕਸਮ ਜਿਹੜੀ ਹੈ, ਬਾਕਾਰੇ ਮਰਾਂ ਈ ਨਾ ਸੁਸਤੀ ਕੁਨੀ, ਆਲਸ ਜਿਹਾ ਕਰਕੇ ਭੁੱਲਣੀ ਨਹੀਂ ਚਾਹੀਦੀ। ਸੁਸਤੀ ਕਈ ਵਾਰ ਪੰਜਾਬੀ ਨਾਲ ਮੇਲ ਖਾ ਜਾਂਦੀ ਭਾਸ਼ਾ, ਹਰ ਭਾਸ਼ਾ ਹਰੇਕ ਨਾਲ ਮੇਲ ਖਾ ਜਾਂਦੀ। ਸਮੁੰਦਰ ਵਿੱਚ ਪਾਣੀ ਕਿੰਨੀਆਂ ਨਦੀਆਂ ਦਾ ਵੀ ਹੋਵੇ ਇੱਕੋ ਜਿਹਾ ਹੀ ਲੱਗਦਾ, ਕਈ ਜਗ੍ਹਾ ਅੱਖਰ ਰਲ ਜਾਂਦੇ ਨੇ। ਕਹਿੰਦੇ ਦੇਖ, ਜੇ ਤੂੰ ਰੱਬ ਦੀ ਪੂਜਾ ਬੰਦਗੀ ਕਰਨ ਵਾਲਾ ਬੰਦਾ ਹੈ ਤੇ ਇਹ ਗੱਲ ਮੇਰੀ ਧਿਆਨ ਨਾਲ ਸੁਣ, ਆਲਸ ਨਾ ਕਰ, ਸਮੇਂ ਦਾ ਪਤਾ ਨਹੀਂ, ਸਵਾਸਾਂ ਦਾ ਪਤਾ ਨਹੀਂ, ਫੌਰਨ ਇਸ ਖਾਧੀ ਹੋਈ ਕਸਮ ਤੇ ਅਸਰ ਕਰ, ਫੌਰਨ ਮੇਰੇ ਪਾਸ ਆਉਣਾ ਕਰ, ਇਹ ਕਾਰ ਨੂੰ ਕਰਮ ਨੂੰ ਨਿਪਟਾਉਣਾ ਕਰ। ਹੂੰ।